ਵਰਕਸ਼ੀਟ ਨੰਬਰ 7 ਵਿਸ਼ਾ ਪੰਜਾਬੀ ਪ੍ਰਸ਼ਨ 1 ਹੇਠਾਂ ਦਿੱਤੀਆਂ ਧੁਨੀਆਂ ਦਾ ਉਚਾਰਨ ਕਰੋ ਕੱਕੇ ਔਂਕੜ ਉਹ ਸੱਸੇ ਬੈਰੀ ਸੀ ਨੰਨੇ ਦਲਾਵਾਂ ਨੈ ਪੱਪੇ ਟਿੱਪੀ ਪੰ ਦ ਡੱਡੇ ਸੇਰੀ ਡੇ ਮੰਮੇ ਲਾਵਾਂ ਮੇ ਖੱਖੇ ਦੇ ਲੈਂਕੜ ਖੂਹ ਸੱਸੇ ਕਨੋੜਾ ਸੌ ਤੱਤੇ ਹੋੜਾ ਤੋ ਇੱਕ ਵਾਰ ਫਿਰ ਇਸਦਾ ਉਚਾਰਨ ਕਰਦੇ ਹਾਂ ਉ ਸੀ ਨੈ ਪੰ ਦ ਡੇ ਮੇ ਹੂ ਸੌ ਤੋ ਪ੍ਰਸ਼ਨ 2 ਸਹੀ ਵਾਕ ਚੁਣੋ ਮੁੰਡਾ ਸਕੂਲ ਜਾਂਦਾ ਹੈ ਮੁੰਡਾ ਸਕੂਲ ਜਾਂਦੀ ਹੈ ਜਾਂਦੀ ਸ਼ਬਦ ਕੁੜੀਆਂ ਲਈ ਵਰਤਿਆ ਜਾਂਦਾ ਹੈ ਤਾਂ ਮੁੰਡਾ ਸਕੂਲ ਜਾਂਦਾ ਹੈ ਸ਼ਬਦ ਸਹੀ ਹੈ ਪ੍ਰਸ਼ਨ 3 ਸਿਹਾਰੀ ਅਤੇ ਬਿਹਾਰੀ ਮਾਤਰਾ ਵਾਲੇ ਸ਼ਬਦ ਚੁਣੋ ਅਤੇ ਲਿਖੋ ਕੱਕੇ ਬੈਰੀ ਕੀ ਰੜਕ ਨੜਾ ਕੀੜਾ ਬਿਹਾਰੀ ਦਾ ਸ਼ਬਦ ਹੈ ਸੱਸੇ ਬੈਰੀ ਸੀ ਟੈਕੇ ਬੈਰੀ ਟੀ ਸੀ ਟੀ ਸੀ ਟੀ ਵੀ ਬਿਹਾਰੀ ਵਾਲਾ ਸ਼ਬਦ ਹੈ ਗੱਗੇ ਸਰ ਗੇ ਟ ਕ ਗਿਟਕ ਗਿਟਕ ਸਿਹਾਰੀ ਵਾਲਾ ਸ਼ਬਦ ਹੈ ਸੱਸੇ ਸਿਹਾਰੀ ਸੇ ਰ ਸਿਰ ਸਿਰ ਵੀ ਸਿਹਾਰੀ ਵਾਲਾ ਸ਼ਬਦ ਹੈ ਦੱਦੇ ਸਿਹਾਰੀ ਦੇ ਲ ਦਿਲ ਦਿਲ ਵੀ ਸਿਹਾਰੀ ਵਾਲਾ ਸ਼ਬਦ ਹੈ ਚਿੱਚੇ ਸਿਹਾਰੀ ਚੇ ਲ ਚਿਲ ਚਿਲ ਵੀ ਸਿਹਾਰੀ ਵਾਲਾ ਸ਼ਬਦ ਹੈ ਸੱਸੇ ਸਿਹਾਰੀ ਸੇ ਰ ਸਿਰ ਸਿਰ ਵੀ ਸਿਹਾਰੀ ਵਾਲਾ ਸ਼ਬਦ ਹੈ ਕੱਕੇ ਬਿਹਾਰੀ ਕੀ ਪ ਕੀਪ ਬਿਹਾਰੀ ਵਾਲਾ ਸ਼ਬਦ ਹੈ ਪ੍ਰਸ਼ਨ 4 ਸਕੂਲ ਵਿੱਚ ਬਹੁਤ ਮਜ਼ਾ ਆਉਂਦਾ ਹੈ ਇਸ ਨੂੰ ਸੁੰਦਰ ਕਰਕੇ ਲਿਖਣਾ ਹੈ ਸਕੂਲ ਵਿੱਚ ਬਹੁਤ ਮਜ਼ਾ ਆਉਂਦਾ ਹੈ ਪ੍ਰਸ਼ਨ 5 ਖਾਲੀ ਥਾਵਾਂ ਭਰੋ ਮੁੰਨੀ ਡੈਸ਼ ਝੂਟ ਰਹੀ ਹੈ ਤਾਂ ਸਹੀ ਜਵਾਬ ਹੈ ਪੀਂਗ ਪੱਪੇ ਬੈਰੀ ਉੱਤੇ ਬਿੰਦੀ ਪੀ ਘੱਗਾ ਪੀਂਗ ਸਿਹਾਰੀ ਨਾਲ ਬਿੰਦੀ ਨਹੀਂ ਆਉਂਦੀ ਸੋ ਇਹ ਗਲਤ ਹੈ ਸ਼ੱਕਰ ਉੱਤੇ ਡੈਸ਼ ਬੈਠੀ ਹੈ ਮੰਮੇ ਅਦਕ ਖੱਖੇ ਦੇ ਲੈਂਕੜ ਖੂਹ ਮੱਖੂ ਤੇ ਮੰਮੇ ਅਦਕ ਖੱਖੇ ਬੈਰੀ ਖੀ ਮੱਖੀ ਤਾਂ ਸਹੀ ਜਵਾਬ ਹੈ ਮੱਖੀ ਬੈਠੀ ਹੈ ਪ੍ਰਸ਼ਨ 6 ਵਾਕਾਂ ਨੂੰ ਪੂਰਾ ਕਰੋ ਦੰਦ ਸਾਫ ਕਰੋ ਨਾਲ ਡੰਡੀ ਲਗਾਵਾਂਗੇ ਹੱਥ ਧੋਵੋ ਨਾਲ ਡੰਡੀ ਲਗਾਵਾਂਗੇ ਪ੍ਰਸ਼ਨ 7 ਹੇਠਾਂ ਦਿੱਤੇ ਸ਼ਬਦਾਂ ਵਿੱਚੋਂ ਪੰਛੀਆਂ ਨੂੰ ਚੁਣੋ ਇਹਨਾਂ ਵਿੱਚੋਂ ਕਿਹੜੇ ਪੰਛੀ ਹਨ ਤੋਤਾ ਤੋਤਾ ਪੰਛੀ ਹੈ ਇਸ 'ਤੇ ਟਿੱਕ ਲਗਾਵਾਂਗੇ ਸ਼ੇਰ ਜਾਨਵਰ ਹੈ ਮੋਰ ਪੰਛੀ ਹੈ ਇਸ 'ਤੇ ਟਿੱਕ ਲਗਾਵਾਂਗੇ ਹਿਰਨ ਜਾਨਵਰ ਹੈ ਹਾਥੀ ਜਾਨਵਰ ਹੈ ਚਿੜੀ ਪੰਛੀ ਹੈ ਇਸ 'ਤੇ ਟਿੱਕ ਲਗਾਵਾਂਗੇ ਕਾਂ ਕਾਂ ਵੀ ਪੰਛੀ ਹੈ ਇਸ 'ਤੇ ਵੀ ਟਿੱਕ ਲਗਾਵਾਂਗੇ ਮਗਰਮੱਛ ਮਗਰਮੱਛ ਜਾਨਵਰ ਹੈ ਪ੍ਰਸ਼ਨ 8 ਵਾਕ ਵਿੱਚ ਲਿਖੇ ਅਦਕ ਵਾਲੇ ਸ਼ਬਦ ਚੁਣੋ ਅਤੇ ਗੋਲਾ ਲਗਾਓ ਜਿਨ੍ਹਾਂ 'ਤੇ ਅਦਕ ਲੱਗਦਾ ਹੈ ਬੱਬੇ ਅਦਕ ਚਿਚੇ ਲਾਵਾਂ ਚੇ ਬੱਚੇ ਬੱਚੇ ਵਿੱਚ ਅਦਕ ਆਇਆ ਹੈ ਕ ਬੱਬੇ ਅਦਕ ਡੱਡੇ ਬੈਰੀਡੀ ਕਬੱਡੀ ਇਹਦੇ ਵਿੱਚ ਵੀ ਅਦਕ ਆਇਆ ਹੈ ਦਾ ਮੰਮੇ ਦੇ ਲਾਵਾਂ ਮੈਚ ਮੈਚ ਜਿਜ ਸਿਹਰੀ ਜੇ ਉੱਤੇ ਅਦਕ ਤੱਤਾ ਜਿੱਤ ਗ ਈੜੀ ਲਾਵਾਂ ਏ ਗਏ ਬੱਚੇ ਕਬੱਡੀ ਦਾ ਮੈਚ ਜਿੱਤ ਗਏ ਮੰਮੇ ਹੁੜਾ ਮੋਹਨ ਮੋਹਨ ਨੰਨੇ ਦੇ ਲੈਂਕੜ ਉੱਪਰ ਟਿੱਪੀ ਨੂੰ ਕੂ ਕੱਕੇ ਔਂਕੜ ਕੂ ਉੱਤੇ ਅਦਕ ਤੱਤੇ ਲਾਵਾਂ ਤੇ
ਉੱਤੇ ਅਧਕਾਇਆ ਹੈ। ਨੇ ਵਾਵੇ ਅਧਕ ਢੱਡਾ ਵੱਡ ਅਧਕਾਇਆ ਹੈ। ਇਸ ਵਿੱਚ ਵੀ ਲੱਲੇ ਸਹੇਲੇ ਐੜਿਕ ਨਾ ਆ ਲਿਆ, ਮੋਹਨ ਨੂੰ ਕੁੱਤੇ ਨੇ ਵੱਢ ਲਿਆ।